ਜਗਸਰ ਦੇਖ ਰਹੇ ਦੋਸਤੋ ਮਿੱਤਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਤੁਸੀਂ ਆਹ ਤਸਵੀਰਾਂ ਦੇਖ ਸਕਦੇ ਹੋ, ਦੋ ਵਿਅਕਤੀ ਮੋਟਰਸਾਈਕਲ 'ਤੇ ਆਉਂਦੇ ਆ, ਇਹ NRI ਦੇ ਘਰ ਦਾਖਲ ਹੋਣਗੇ ਅਤੇ ਉੱਥੇ ਜਾ ਕੇ ਉਸ NRI ਨੂੰ ਗੋਲੀਆਂ ਮਾਰਦੇ ਹੈਗੇ ਆ। ਤੁਸੀਂ ਦੇਖ ਲਓ ਕਿੰਨੇ ਬੇਖੌਫ ਹੋ ਕੇ ਨੰਗੇ ਮੂੰਹ ਉਹ ਘਰ ਵਿੱਚ ਦਾਖਲ ਹੁੰਦੇ ਦਿਸਦੇ ਪਏ ਆ। ਤੁਸੀਂ ਤਸਵੀਰਾਂ ਵੇਖੋ, ਘਰ ਦੇ ਵਿੱਚ ਪਰਿਵਾਰਕ ਮੈਂਬਰ ਵੀ ਫਿਰਦੇ ਆ ਅਤੇ ਉਹਨਾਂ ਨੇ ਜਿਹੜੇ ਵਿਅਕਤੀ ਨੂੰ ਗੋਲੀਆਂ ਮਾਰੀਆਂ ਉਸ ਨੂੰ ਵੀ ਉਹਨਾਂ ਨੇ ਘੇਰ ਲਿਆ ਹੈਗਾ ਅਤੇ ਘਰ ਦੇ ਵਿੱਚ ਦਾਖਲ ਹੋ ਗਿਆ। ਪਰਿਵਾਰ ਦੇ ਮੈਂਬਰ ਫਿਰਦੇ ਆ ਅਤੇ ਉਹਨਾਂ ਵੱਲੋਂ ਬੱਚਿਆਂ ਦੇ ਸਾਹਮਣੇ, ਪਰਿਵਾਰ ਦੇ ਸਾਹਮਣੇ ਇਸ ਵਿਅਕਤੀ ਨੂੰ, ਜਿਹਦਾ ਨਾਮ ਸੁਖਚੈਨ ਸਿੰਘ ਹੈ, NRI ਹੈ, ਇਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਅਤੇ ਤਸਵੀਰਾਂ ਵੇਖ ਲਓ ਤੁਸੀਂ, CCTV ਫੁਟੇਜ ਵਿੱਚ ਉਹ ਇੱਕ ਸਾਈਡ 'ਤੇ ਲੈ ਕੇ ਜਾਂਦੇ ਆ। ਦੋ ਵਿਅਕਤੀ ਹੈਗੇ ਆ, ਬਿਲਕੁਲ ਨੰਗੇ ਮੂੰਹ ਹੈਗੇ ਆ ਅਤੇ ਦੋ ਬੰਦਿਆਂ ਕੋਲ ਵੀ ਹਥਿਆਰ ਹੈਗੇ ਆ। ਤੁਸੀਂ ਦੇਖ ਸਕਦੇ ਹੋ ਸ਼ਰਿਆਂ ਉਸ NRI ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹੈਗੀਆਂ ਅਤੇ ਪਰਿਵਾਰ ਵੱਲੋਂ ਮਿੰਨਤਾਂ ਕੱਢੀਆਂ ਜਾ ਰਹੀਆਂ। ਬੱਚੇ ਵੀ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਉਹ ਬਚਾਅ ਹੋ ਜਾਵੇ, ਪਰ ਪਰਿਵਾਰ ਤੋਂ ਬਾਹਰੇ ਹੋ ਕੇ ਉਹਨਾਂ ਬੰਦਿਆਂ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ। ਤੁਸੀਂ ਆਹ ਤਸਵੀਰਾਂ ਦੇਖ ਲਓ, ਇਸ ਟਾਈਮ ਇਹ ਅੰਮ੍ਰਿਤਸਰ ਦੀਆਂ ਤਸਵੀਰਾਂ ਜਿੱਥੇ NRI ਸੁਖਚੈਨ ਸਿੰਘ ਨੂੰ ਸ਼ਹਿਰਿਆਂ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਮਾਰੀਆਂ ਗਈਆਂ। ਕੀ ਕਰ ਰਿਹਾ ਹੋਊਗਾ, ਕਿਉਂ ਗੋਲੀਆਂ ਮਾਰੀਆਂ ਗਈਆਂ, ਜਿਹੜੇ ਲੋਕ ਇੰਨੇ ਬੇਖੌਫ ਹੋ ਕੇ ਇੱਥੇ ਪਹੁੰਚੇ ਅਤੇ ਬੱਚਿਆਂ ਵੱਲੋਂ ਮਿੰਨਤਾਂ ਕੱਢੀਆਂ ਜਾ ਰਹੀਆਂ ਪਰ ਉਹ ਗੋਲੀਆਂ ਮਾਰ ਕੇ ਵਾਪਸ ਜਾਂਦੇ ਨਜ਼ਰ ਵੀ ਆ ਰਿਹਾ। ਤੁਸੀਂ ਆਹ ਦੁਬਾਰਾ CCTV ਫੁਟੇਜ ਤੁਹਾਡੇ ਸਾਹਮਣੇ ਆ ਰਹੀ ਹੈ, ਅਸੀਂ ਵਾਰ ਵਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਤੁਸੀਂ ਦੇਖ ਲਓ, ਦੋ ਵਿਅਕਤੀ ਜਿਨ੍ਹਾਂ ਦੇ ਮੂੰਹ ਵੀ ਨਹੀਂ ਢੱਕੇ ਹੋਏ ਉਹਨਾਂ ਵੱਲੋਂ ਸ਼ਰਿਆਂ ਗੋਲੀਆਂ ਮਾਰੀਆਂ ਜਾਂਦੀਆਂ। ਪੰਜਾਬ ਦੀ ਕਾਨੂੰਨ ਵਿਵਸਥਾ ਕਿਹੜੇ ਪਾਸੇ ਜਾ ਰਹੀ ਹੈ, ਸਰਕਾਰ ਦਾ ਧਿਆਨ ਕਿੱਥੇ ਹੈਗਾ, ਸਰਕਾਰ ਕੀ ਕਰ ਰਹੀ ਹੈਗੀ ਆ ਵੀ ਜਿਹੜੇ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਅਤੇ NRI ਨੂੰ ਖਾਸ ਕਰਕੇ ਜਿਹੜੀ ਗੋਲੀ ਮਾਰੀ ਗਈ ਆ, ਕੀ ਕਰ ਰਹੇ ਹੈਗੇ ਆ? ਤਾਂ ਤੁਹਾਡੇ ਸਾਹਮਣੇ ਪਰਿਵਾਰ ਨੂੰ ਇੱਕ ਪਾਸੇ ਲਾਇਆ ਜਾ ਰਿਹਾ ਹੈਗਾ ਅਤੇ NRI ਸੁਖਚੈਨ ਸਿੰਘ ਵੀ ਤੁਹਾਡੇ ਸਾਹਮਣੇ ਦਿਸਦਾ ਪਿਆ ਹੈਗਾ ਜਿਹਨੂੰ ਗੋਲੀਆਂ ਮਾਰੀਆਂ ਗਈਆਂ। ਅਤੇ ਤੁਸੀਂ ਦੇਖ ਸਕਦੇ ਹੋ ਸ਼ਰਿਆਂ ਬੇਖੌਫ ਉਹ ਲੋਕ ਘਰ ਵਿੱਚ ਦਾਖਲ ਹੁੰਦੇ ਆ ਅਤੇ ਉਹ NRI ਸੁਖਚੈਨ ਸਿੰਘ ਦੇ ਗੋਲੀਆਂ ਮਾਰਦੇ ਹੈਗੇ ਆ। ਮਿਲੀ ਜਾਣਕਾਰੀ ਮੁਤਾਬਕ 3 ਗੋਲੀਆਂ ਉਹਨਾਂ ਨੇ ਸੁਖਚੈਨ ਸਿੰਘ ਨੂੰ ਮਾਰੀਆਂ, ਜਿਹੜਾ ਇਸ ਟਾਈਮ ਜੇਰੇ ਇਲਾਜ ਹੋਸਪਿਟਲ 'ਚ ਦਾਖਲ ਵੀ ਹੈਗਾ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ CCTV ਆਪਣੇ ਕਬਜ਼ੇ ਲੈ ਕੇ ਸਾਰੀ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਹੈਗੀ ਆ, ਉਹਨਾਂ ਲੋਕਾਂ ਨੂੰ ਫੜਨ ਲਈ ਆਪਣੀਆਂ ਜਾਲ ਵਿਛਾ ਦਿੱਤਾ ਹੈਗਾ। ਪਰ ਇਹ ਕਾਨੂੰਨ ਵਿਵਸਥਾ ਕਿਹੜੇ ਪਾਸੇ ਜਾ ਰਹੀ ਹੈ, ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਹੈਗੇ ਆ, ਲੋਕ ਇੰਨੇ ਬੇਖੌਫ ਹੋ ਕੇ ਘਰਾਂ ਦੇ ਵਿੱਚ ਦਾਖਲ ਹੋ ਰਹੇ ਆ ਅਤੇ ਲੋਕਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹੈਗੀਆਂ, ਜਿਹਦੀਆਂ ਤਸਵੀਰਾਂ ਤੁਸੀਂ CCTV ਬਿਲਕੁਲ ਸਾਹਮਣੇ ਦੇਖ ਰਹੇ ਹੋ। ਜੋ ਸਿਸਟਮ ਇਸ ਟਾਈਮ ਚੱਲਦਾ ਪਿਆ, ਕਿਵੇਂ ਰੁਕੂਗਾ, ਇਹ ਕੀ ਹੋ ਰਿਹਾ, ਪੰਜਾਬ ਦੀ ਸਰਕਾਰ ਕੀ ਕਰ ਰਹੀ ਹੈਗਾ, ਕਿਉਂ ਇਸ ਤਰ੍ਹਾਂ ਹੋ ਰਿਹਾ? ਅਤੇ ਉਹਨਾਂ NRI ਨੂੰ ਗੋਲੀ ਮਾਰੀ ਜਾਂਦੀ ਹੈ ਅਤੇ ਗੋਲੀ ਮਾਰ ਕੇ ਉਹ ਸ਼ਰਿਆਂ ਆਰਾਮ ਦੇ ਨਾਲ ਨਿਕਲਦੇ, ਤੁਹਾਨੂੰ ਤਸਵੀਰਾਂ ਦੇਖਾਂਗੇ। ਜਿਸ ਤਰ੍ਹਾਂ ਜਿਸ ਮੋਟਰਸਾਈਕਲ 'ਤੇ ਉਹਦੇ ਸਿੱਧੇ ਵਾਪਸ ਵੀ ਜਾਂਦੇ ਹੈਗੇ ਆ, ਪਰ ਤੁਸੀਂ ਆਹ ਤੁਸੀਂ ਦੇਖ ਲਓ ਉਹਨਾਂ ਲੋਕਾਂ ਵੱਲੋਂ ਸੁਖਚੈਨ ਸਿੰਘ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਅਤੇ ਵਾਪਸ ਜਾਂਦੇ ਹੈਗੇ ਆ। ਅਤੇ ਇਹ ਕਾਨੂੰਨ ਵਿਵਸਥਾ ਕਿੱਥੇ ਖੜੀ ਹੈਗੀ ਆ, ਕਿਵੇਂ ਇਹ ਸਾਰਾ ਸਿਸਟਮ ਰੁਕੂਗਾ, ਜਿਹੜੇ ਫੋਰਨ ਕੰਟਰੀ ਵਾਲੇ ਲੋਕ ਇੱਥੇ ਆ ਕੇ ਪੰਜਾਬ 'ਚ ਕਿਵੇਂ ਆਪਣਾ ਰਹਿਣ ਬਸੇਰਾ ਬਣਾਉਣਗੇ ਜੇ ਇਸ ਤਰ੍ਹਾਂ ਦੇ ਹਾਲਾਤ ਬਣਦੇ ਹੈਗੇ। ਤਾਂ ਪਰਿਵਾਰ ਦੇ ਮੈਂਬਰ ਤੁਸੀਂ ਦੇਖ ਸਕਦੇ ਹੋ, ਕੋਈ ਹੋਰ ਵੀ ਬੰਦਾ ਪਿੱਛੇ ਭੱਜ ਕੇ ਉਹਨਾਂ ਦੇ ਜਾਣ ਦੀ ਕੋਸ਼ਿਸ਼ ਕਰਦਾ, ਦਰਵਾਜ਼ਾ ਲਾ ਕੇ ਸੀ। ਤੁਸੀਂ ਆਹ ਦੇਖੋ ਗੋਲੀਆਂ ਮਾਰਨ ਤੋਂ ਬਾਅਦ ਸ਼ਰਿਆਂ ਬੰਦੇ ਉਹ ਮੋਟਰਸਾਈਕਲ 'ਤੇ ਆਰਾਮ ਦੇ ਨਾਲ ਵਾਪਸ ਜਾਂਦੇ ਨਜ਼ਰ ਆ ਰਹੇ ਆ। ਪਰ ਚਲੋ, ਪੰਜਾਬ ਪੁਲਿਸ ਵੱਲੋਂ
ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਬੰਦਿਆਂ ਨੂੰ ਫੜਨ ਵਾਸਤੇ ਜਾਲ ਵਿਛਾ ਦਿੱਤਾ ਗਿਆ। ਚਲੋ ਸਮੇਂ ਦੀ ਗੱਲ ਹੈ, ਸੁਣਨ ਵਿੱਚ ਆਇਆ ਵੀ ਫਿਲਹਾਲ ਉਹ ਬੰਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈਗਾ, ਜਿਹਨੂੰ ਜੇਰੇ ਇਲਾਜ ਹੋਸਪਿਟਲ ਦਾਖਲ ਕਰਵਾਇਆ ਗਿਆ ਹੈਗਾ। ਅਤੇ ਕਾਨੂੰਨ ਵਿਵਸਥਾ ਜਿਹੜੀ ਲਗਾਤਾਰ ਪੰਜਾਬ ਦੀ ਵਿਗੜਦੀ ਜਾ ਰਹੀ ਹੈਗੀ ਹੈ। ਅਤੇ ਪਰਿਵਾਰ ਦਾ ਇੱਕ ਮੈਂਬਰ ਹੈ ਸ਼ਾਇਦ ਇਹਨਾਂ ਦੇ ਪਿੱਛੇ ਭੱਜਣ ਦੀ ਕੋਸ਼ਿਸ਼ ਵੀ ਕਰਦਾ, ਜਿਹਦੀ ਤਸਵੀਰ ਤੁਸੀਂ ਦੇਖ ਸਕਦੇ ਹੋ। ਅਤੇ ਇਹ ਲਗਾਤਾਰ ਕੋਸ਼ਿਸ਼ ਕਰੂਗਾ, ਪਿੱਛੇ ਕਿੱਧਰ ਜਾਂਦੇ ਹੈਗੇ ਦੇਖਣ ਦੀ ਕੋਸ਼ਿਸ਼ ਕਰਦਾ ਹੋਊਗਾ, ਪਰ ਕਾਨੂੰਨ ਵਿਵਸਥਾ ਪੰਜਾਬ ਦੀ ਵਿਗੜ ਚੁੱਕੀ ਹੈ।